ਭਾਈ ਤੇਲ ਮੁੱਕਿਆ ਤੇ ਦੀਵਾ ਹੋ ਗੁੱਲ ਜਾਵੇ। ਲੱਖ ਯਤਨ ਕਰੀਏ ਫੇਰ ਨਾ ਪਵੇ ਭਾਂਡੇ, ਜਿਹੜਾ ਦੁੱਧ ਜ਼ਮੀਨ ਤੇ ਡੁੱਲ ਜਾਵੇ ਤੇ ਫੀਤਾ ਫੀਤਾ ਹੋ ਜਾਂਦੀ ਕਬੀਲਦਾਰੀ। ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ ਉਹ ਪਾਰਸ ਮਿੱਟ ਜਾਂਦੀ ਅੱਖਰ ਗੰਤ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਚੱਕਦੇ ਢੋਲੀ ਜੀ ਹਮੀਰਪੁਰ। ਹੈਲੋ ਹੈਲੋ ਸੁੱਕਾ ਤੇ ਲੱਕੀ ਡੇਰੀ ਆ ਜਾਣੇ, ਗੁਰਪ੍ਰੀਤ ਤੇ ਰਾਜਾ ਡੇਰੀ ਰੈਡੀ ਹੋ ਜਾਣਾ।
ਰਾਜਾ ਪਹਿਲਵਾਨ ਡੇਰਾ ਬਾਬਾ ਨਾਨਕ ਤੇ ਖੁਰਪੀ ਰਾਜਸਥਾਨ ਆਏ ਨੀ ਪਹਿਲਾਂ ਗੱਲਬਾਤ ਹੋ ਰਹੀ ਹੈ ਥੋੜੇ ਦਿਨਾਂ ਦੇ ਵਿੱਚ ਉਹ ਵੀ ਆਪਾਂ ਅਨਾਊਂਸ ਕਰ ਦਾਂਗੇ ਤੇ ਕਿਹੜਾ ਕਿਹੜਾ ਪਹਿਲਵਾਨ ਤਾਂ ਦੀ ਧਰਤੀ ਦੇ ਸਤਾਰੇ ਮਾਰਚ ਨੂੰ ਪਹੁੰਚ ਰਹੇ ਗਏ ਮਾਰਦੇ ਤਾਰੀ ਖੁੱਲ ਗਏ ਚੱਕ ਦੇ ਬੋਲੂ ਜੀ ਸਾਡੇ ਸੰਜੀਵ ਕੁਮਾਰ ਜੀ ਬੈਂਕ ਵਾਲੇ ਟਿਕਟ ਤੋਂ
ਮੇਰੇ ਬੋਲਿਆਂ ਨੂੰ ਖੁਸ਼ ਹੋ ਗਏ, ਮੇਰਾ ਮਾਣ ਕਰਦੇ ਨੇ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਸਿੱਧੂ ਨਾਲ ਕੌਣ ਨੀਰ ਜਦੀਰ ਜੀ ਰਾਜਸਥਾਨ ਚਲੋ ਜੀ ਸ਼ੁਰੂ ਕਰੋ। Thank you.
ਦਾ ਧਿਆਨ ਰੱਖਣਾ ਜੀ, ਟਾਈਮ 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 ਦਾ ਧਿਆਨ ਰੱਖੋ, ਕਿਉਂਕਿ ਜਿਹੜਾ ਟਾਈਮ ਹੁੰਦਾ ਬੜਾ ਕੀਮਤੀ ਹੁੰਦਾ ਢੋਲੀ ਜੀ, ਟਾਈਮ ਬਹੁਤ ਕੀਮਤੀ ਹੁੰਦਾ। ਕਹਿੰਦੇ ਇੱਕ ਵਾਰ ਹੱਥੋਂ ਨਿਕਲ ਜਾਵੇ ਮੁੜ ਕੇ ਹੱਥ ਨਹੀਂ ਆਉਂਦਾ, ਦੇਖੇ ਵਕਤ ਜਮਾਨੇ ਨਹੀਂ ਹੱਥ ਆਵੇ। ਬੋਲੀ ਜੀ ਸਮੁੰਦਰੋਂ ਨਹੀਂ ਮੁੜਦੀ ਤੇ ਸੂਰਮਾ ਗਿਆ ਨਾ ਮੁੜੇ ਮੈਦਾਨ ਵਿੱਚੋਂ, ਮੁੜ ਕੇ ਹੱਥ ਨਹੀਂ ਹੋ ਸਕਾਰੇ ਉਹਦਾ, ਤੀਰ ਰੁਕ ਜਾਵੇ ਜੇਕਰ ਨਿਸ਼ਾਨ ਵਿੱਚੋਂ, ਮੋਰ ਦੀ ਦਾ ਗਾਗ ਨਹੀਂ ਕੋਲ ਬੈਠਾ, ਸੌਦਾ ਮੁੱਕ ਜਾਵੇ ਜੇਕਰ ਦੁਕਾਨ ਵਿੱਚੋਂ। ਜੱਗ ਦੇ ਬੋਲੀ ਜੀ ਅਮਿਤ ਪਹਿਲਵਾਨ ਦੇ ਦਲੇਸ਼ ਸੁੰਦਰ ਨੇ ਤੇ ਅਮਿਤ ਜਨਾਰਾ ਚਲੋ ਜੀ ਕਰੋ ਗੁੱਸੀ ਸ਼ੁਰੂ। Thank you.
ਅੰਕੁਰ ਪਹਿਲਵਾਨ ਜੀ ਅੰਦਰ ਅੰਦਰ ਗੱਡੀ ਪਠਾਨਕੋਟ ਨੀ ਪਾਉਣੀ ਅਖਾਰੇ ਵਿੱਚ ਨਾ ਐਵੇਂ ਸੱਟ ਪੇਟ ਲੱਗ ਜੂ ਭਗਵਾਨ ਜੀ ਥੋੜਾ ਆਪ ਹੀ ਧਿਆਨ ਰੱਖ ਲਿਆ ਕਰੋ ਜੀ ਵਾਹ ਜੀ ਵਾਹ ਸਾਰੇ ਪਹਿਲਵਾਨ ਨੋਟ ਕਰ ਲਓ ਜੀ 24 ਮਾਰਚ ਨੂੰ ਸਵਾਰ ਤੇ 25 ਮਾਰਚ ਨੂੰ ਜਿਹੜੀ ਛਿੰਝ ਹੋ ਜਾ ਰਹੀ ਹੈ ਹਟਵਾਰ ਦੀ ਧਰਤੀ ਤੇ ਸਾਡੇ ਕਨੂ ਪਹਿਲਵਾਨ ਜੀ ਦੇ ਨਗਰ ਵਿੱਚ ਬਹੁਤ ਵੱਡਾ ਦੰਗਲ ਹੋ ਜਾ ਰਿਹਾ। 10 ਸਿੱਧੀਆਂ ਗੁਸਤੀਆਂ ਵੀ ਹੋਣਗੀਆਂ, ਛੋਟੀ ਮਾਲੀ ਤੇ ਵੱਡੀ ਮਾਲੀ ਹੋ ਗਈ। ਸਾਰੇ ਪਹਿਲਵਾਨਾਂ ਦੇ ਗੁਸਤੀ ਪ੍ਰੇਮੀਆਂ ਨੂੰ ਖੁੱਲ੍ਹਾ ਸਤਾਰੇ। ਧਰਤੀ ਤੇ ਪਹੁੰਚੀ ਸਾਰਿਆਂ ਨੂੰ ਖੁੱਲ੍ਹਾ ਸੱਦਾ ਮੇਰੇ ਵੱਲੋਂ, ਸਾਰਿਆਂ ਨੇ ਪਹੁੰਚਣਾ ਹਟਵਾਰ ਦੀ ਧਰਤੀ ਦੀ ਚੱਕ ਦੇ ਢੋਲੀ ਦੀ। ਛੋਟੀ ਮਾਰੀ ਦਾ ਪਹਿਲਾ ਸੈਮੀਫਾਈਨਲ ਅਸੀਂ ਕਰਾਉਣ ਜਾ ਰਹੇ ਹਾਂ। ਔਰ ਬਿੱਟੂ ਜੀ ਹਾਜ਼ਰ ਆ ਲਓ ਜੀ, ਟਾਈਮ 10 ਮਿੰਟ ਦਾ ਟਾਈਮ ਹੋਵੇ, ਘੜੀਆਂ ਨੋਟ ਕਰ ਲਓ ਜੀ। ਕਰਲਾ ਦੇ ਮੁੰਡਿਆਂ ਟਾਈਮ ਬਈ, ਅੱਜ ਮੁੰਡਾ ਸਪੈਸ਼ਲ ਪੰਜਾਬ ਤੋਂ ਲੈ ਕੇ ਆਇਆ ਟਾਈਮ ਵਾਸਤੇ। ਤੇ ਕੁਸ਼ਤੀ ਕਹਿੰਦੇ ਨਾ ਕੋਈ ਟੌਸ ਤੇ ਨਾ ਕੋਈ ਫਾਈਟ, ਕੁਸ਼ਤੀ ਆਲ ਪਾਰ ਦੀ ਲੜੀ ਹੈ। ਪਹਿਲਾ ਸੈਮੀਫਾਈਨਲ ਬੋਲੇ ਬੋਲੇ ਰੱਖਦਾ ਤਾਂ ਪੀਰ ਕੀ Thank you.
ਤੇਰਾ ਬਾਬਾ ਨਾਨਕ।